गाली कर रही, लड़ना नहीं, लड़ना नहीं है, लड़ना नहीं है, लड़ना नहीं है, लड़ाई नहीं करनी, लड़ना नहीं काकू यार, हाथों में लड़ावा तेरा विजय हैगा भैया बाबे ओ पौजी की गल है बाबे इतने पै जे है कि दमाला सजाया नाल कमर कसा बजा वा आखो सड़क वगदी पई आ सानू आ जेड़ा वीर ए ते किसे नू वीर पता ही नहीं सी लगना है वीर दा क्योंकि साइड ते पिया वा आ वीर दे जेड़े पठे आ लागे पठे आ जाने के पिंड तों कोई वीर आ लागे ओदे पठे सीगे ते ओने किते पठे किते जदों वड्ढन आया ओने वेख्या कि कोई इत्थे सिंग लम्मे पिया वा ते जदों आण के इहनू हलाया हलूया ते अबले टबलियां जिहा मारदा पिया वा मान लो कि जे हो सारा दिमागो ते कोई प्रॉब्लम होवे ते आओ करदे आ गल इहना। ओए बापू की नाम की तेरा बापू जी हैं सुखा ना इक उता मेरा आकू आ अच्छा उता इक उता मेरा आकू अच्छा आकू नहीं नहीं मेरा इधर दी करके इधर दो काकू काकू हाँ अच्छा काकू ते पेंड के ना बाबे मेरा परिंगड़ी या परिंगड़ी हाँ परिंगड़ी दा दादे पे परिंगड़ी तो पाऊँ से लग गई था इतने की दाग गया या चार गया जी की दाग गया ओ मैं ऊँची आया देव पानी पी देव पानी पीना देव पी के तो आओ मैं लोग टाइम ਉਹ ਜੇ ਮੈਂ ਉਹ ਇਹ ਛਾਂ ਦਾ ਕੋਈ ਉਹ ਕਹ ਮੈਨੂੰ ਕਹ ਲੈ ਪੈਗ ਨਹੀਂ ਲੱਗਾ ਪੈਗ ਕੀ ਸਮੈਲ ਦੇ ਮੈਨੂੰ ਤੇ ਪੈਗ ਦੀ ਤਾਂ ਨਹੀਂ ਪ੍ਰੋਬਲਮ ਦਾ ਤੇ ਹਾਂ ਦੇਖ ਪੀਟੀ ਕਿੱਥੋਂ ਹੀ ਤੇ ਆਦੀ ਚਲਾ ਉੱਠ ਉੱਠ ਆ ਵੇਖੋ ਵੀਰ ਕਿਦਾਂ ਦੇਖਨੇ ਆ ਘਰਾਂ ਦੇ ਘਰ ਉਜਾੜੇ ਪਏ ਮੇਰੇ ਕੋਲ ਐਵੇਂ ਦੇ ਸਿੰਘ ਵੀ ਹੈਗੇ ਆ ਜਿਹੜਾ ਦੇਖ ਦੇ ਨਾਲ ਦਿਮਾਗੀ ਹਾਲਤ ਜਿਨ੍ਹਾਂ ਦੇ ਖਰਾਬ ਹੋ ਗਏ ਆ ਆ ਵੇਖੋ ਸਿੰਘ ਵੀ ਕਿਦਾਂ मुंडा वा ए किड्डा वा अच्छा अच्छा आप ऐसे ही पाई फिर दा तो है ना ऐसे करूँ ना प्यार क्यों जी या नहीं ऐसे करूँ ना प्यार लम्बे ऐसे लम्बे करूँगा ना प्यार क्यों जी मैं क्या और गाड़ी से सुन लो लम्बे का तो पाई जाने आप पाई नहीं लम्बे आप करे चल दे यार चलिए तेरे करे चल दे आप ऐसे करूँगा तो लम्बे पाई जी ये तो पाई या दो टाइम दो टाइम घंटों के लम्बे पहनो आए कितों जी शराब भी पीती है ना बाबे पीती है ते नहीं आवेला किदा शराब पीती आ रब ना करे कोई इत्थे झाड़ियां इन्नियां झाड़ियां इत्थे जे कुछ लड़ जे ते फिर बच्चा कि बच्चे दी उम्र किन्नी आ अपने 10 साल तो मान लो 10 साल बच्चे की उम्र है ना छोटा या बच्चा वा तुम इतने झाड़िया कुछ लड़ जाए तो ओदा बेचारे का वाली बात फिर कौन भावे सियाने बहने आप है ठीक है उपर नीला दस्तार बदी आ चल चलिए फिर परिंगड़ी तेरे पिंड पता करने आ जा फिर अज दरिया पता नहीं लग गया कि क्या थके पानी पीना वा पानी पिना तेन मैं सीधी देसी लैंग्वेज बोली दी चप्पल चल जाइए पर ना बन के कई वीर कहते तेरी बोलन की लैंग्वेज नहीं सही क्योंकि आप सीधा देसी बना वर्ती
ਆਪਾਂ ਨੂੰ ਇਹ ਨਹੀਂ ਹੁੰਦਾ ਵੀ ਜਾਣ ਕੇ ਜਾਣ ਬੁੱਝ ਕੇ ਹਾਂਜੀ ਹਾਂਜੀ ਕਰੋ, ਪਰ ਫਿਰ ਵੀ ਸਿੰਘਾਂ ਦੀ ਆਪਾਂ ਸਿਰ ਮੱਥੇ ਭਾਸ਼ਾ ਸਿਰ ਮੱਥੇ ਮੰਨਦੇ ਆ ਹੁਣ, ਕਿਉਂਕਿ ਮੈਂ ਵੀ ਪੜਿਆ ਲਿਖਿਆ, ਇਹ ਨਹੀਂ ਗੱਲ ਮੈਂ ਪੜਿਆ ਲਿਖਿਆ ਨਹੀਂ ਆ, ਫਾਰਮੈਸੀ ਕਰ ਰਿਹਾ ਸੀਗਾ, ਚਲੋ ਬਿਮਾਰ ਹੋਣ ਦਾ ਕਰਕੇ ਪੂਰੀ ਨਹੀਂ ਹੋਈ, ਇੰਗਲਿਸ਼ ਮੀਡੀਅਮ ਸਾਰਾ ਉਮਰ ਪੜਿਆ, ਤੇ ਕਈ ਵੀਰ ਕਹਿੰਦੇ ਕਿ ਤੂੰ ਤੂੰ ਜ਼ਿਆਦਾ ਤੂੰ ਤੂੰ ਵਰਤਦਾ ਵਾ, ਗੁਰਬਾਣੀ ਜੀ ਵੀਰੇ ਕਹਿ ਗਿਆ ਤੂੰ ਮੇਰਾ ਠਾਕੁਰ ਤੂੰ ਮੇਰਾ। ਹਾਂ ਕੀ ਕਰਨਾ ਹੈ, ਨਹੀਂ ਕੀ ਕਰਨਾ ਵਾ, ਕੀ ਹੋਣ ਲੱਗੇ ਜੀ? ਹਾਂਜੀ ਅੱਛਾ 50 ਰੁਪਏ ਹੋਰ ਆ, 50 ਰੁਪਏ ਹੁਣ ਬਾਬੇ ਇੱਥੋਂ ਕਿੱਥੋਂ ਲੱਭਣੇ ਤੇਰੇ, ਆ ਲੈ ਲੱਭ ਗਏ ਲੱਭ ਗਏ ਠੀਕ ਆ, ਫੜਾ ਜੇਬ ਚ ਪਰਿੰਗੜੀ ਇਹੋ ਹੀ ਆ ਨਾ ਜਿਹੜਾ ਲਾਗੇ ਪਰਿੰਗੜੀ ਆ, ਆ ਪੱਟੀ ਲਾਗੇ ਬਸ ਲਾਗੇ, ਚੱਲ ਠੀਕ ਆ ਤੇ ਚਲੋ ਮੈਂ ਹੁਣ ਕੋਸ਼ਿਸ਼ ਕਰਾਂਗਾ ਆਪਣੇ ਵੱਲੋਂ ਹਾਂਜੀ ਹਾਂਜੀ ਵਾਲੀ ਲੈਂਗੁਏਜ ਵਰਤਿਆ ਕਰਾਂ। ਕਿੱਦਾਂ ਬਾਜੋ ਬਹਿ ਜਾ ਬਾਬੇ ਬਹਿ ਜਾ, ਤੈਨੂੰ ਤੇਰੇ ਪਿੰਡ ਛੱਡ ਗਈ ਹੈ। ਓਕੇ ਪੁੱਤ ਥੈਂਕ ਯੂ, ਧੰਨਵਾਦ ਤੁਹਾਡਾ, ਮੈਨੂੰ ਇਹ ਵੀ ਇਹਨੂੰ ਚੁੱਕਣਾ ਨਾ ਪੈ ਜੇ। ਹਾਂ ਜੌਨੇ ਵਾਲਾ ਮੁੰਡਾ ਜੀ, ਤੇ ਵੀਡੀਓ ਵੀ ਹੁੰਦੀਆਂ ਨੇ ਤੇਰੀਆਂ ਉਹਦੇ ਨਾਲ ਸੇਵ ਕਰਾਰ, ਠੀਕ ਆ ਕਿਹੜਾ ਘਰ ਆ ਘਰ ਆ, ਤੇ ਇਹਨਾਂ ਦੇ ਘਰੇ ਕੋਈ ਘਰ ਦਾ ਕੋਈ ਇਹਨਾਂ ਦਾ ਆਪਦਾ ਜੀ, ਵਿਆਹ ਘਰ ਆ ਤੇਰਾ ਹੈ, ਕਿਹੜਾ ਘਰ ਆ ਹੈਗਾ ਘਰੇ ਕੋਈ ਅਸੀਂ ਆ ਗਿਆ ਘਰ ਵੀਰ ਦੇ ਘਰ ਆ ਗਏ ਹਾਂ, ਤੇ ਇੱਥੇ ਤੇ ਮੈਨੂੰ ਲੱਗਦਾ ਕੋਈ ਹੈ ਰਹਿੰਦਾ ਹੀ ਨਹੀਂ ਲੱਗਦਾ, ਇਹ ਕਹਿੰਦਾ ਮੇਰਾ ਭਰਾ ਆਪਣਾ ਤੇ ਆਪਣਾ ਉਹ ਭਰਾ ਦਾ। ਅੱਛਾ ਕਿਹੜਾ ਭਰਾ ਦਾ, ਕਿਹੜਾ ਅਗਲਾ ਘਰ ਆ, ਮਾਰਿਓ ਮਾਰਿਓ ਨਾ ਕੋਈ ਗੱਲ ਨੀ ਆ, ਨਹੀਂ ਨਹੀਂ ਆਪਣਾ ਕੁਝ ਨਹੀਂ ਹੁੰਦਾ, ਨਹੀਂ ਉਹ ਕਈ ਕਰ ਤੇ ਵਿਖਾਉ ਦਾ ਘਰ, ਓਏ ਕਰ ਤੇ ਵਿਖਾ, ਓਏ ਕੋਣ ਇਹ ਦੇ ਕੋਣੀ, ਡਰ ਉਹਦੇ ਕੋਲ ਨਹੀਂ ਜਾਂਦੇ ਆਪਾਂ, ਓਏ ਇਹਦੇ ਕੋਣੀ ਓਏ, ਅੱਛਾ ਅੱਛਾ ਆ ਬਾਤਾਂ ਹੇ ਬਾਬੇ ਨਾ ਘਾ ਕੂ ਕਰੀ ਕੱਟਿਆ, ਮੈਨੂੰ ਤਾਂ ਲੱਗਦਾ ਇੱਥੇ ਕਦੀ ਕੋਈ ਘਰੇ ਵੜਿਆ ਹੀ ਨਹੀਂ ਆ, ਆ ਦੇਖੋ ਵੀਰ ਹਾਲਤ ਕਰਦੇ, ਅੰਦਰੋਂ ਕੈਮਰਾ ਅੰਦਰੋਂ ਵਿਖਾ, ਇੱਧਰ ਦੇਖੋ ਵੀਰ ਇੱਧਰ ਚੋਏ ਪੈ ਪੈ ਕਿੱਡਾ ਬੁਰਾ ਹਾਲ ਹੋਇਆ ਪਿਆ, ਉੱਪਰ ਵੀ ਪਤਾ ਨੀ ਛੱਤ ਵੀ ਡਿੱਗਣ ਵਾਲੀ ਹੈ, ਪਤਾ ਨੀ ਅੱਜ ਡਿੱਪੇ ਕੱਲ ਡਿੱਪੇ, ਤੇ ਆ ਵੇਖੋ ਕਿੱਦਾਂ ਘਰ ਦੇ ਵਿੱਚ ਕਿੱਦਾਂ ਕੱਪੜੇ ਖਿਲਰੇ ਪਏ ਆ, ਵੇਖੋ ਵੀ ਜਦੋਂ ਬੰਦੇ ਦੀ ਦਿਮਾਗੀ ਹਾਲਤ ਸਹੀ ਨਾ ਹੋਵੇ ਕੀ ਹਾਲਾਤ ਹੋ ਜਾਂਦੇ ਆ, ਇਹਦੇ ਇਹਦੇ ਘਰ ਦੇ ਕਿੱਥੇ, ਤੂੰ ਕਹਿੰਦਾ ਘਰ ਦੇ ਘਰੇ ਆ, ਮੈਂ ਵਿਆਹੇ ਪਿੰਡ ਪਿੰਡ ਸਾਡੇ ਆਪਾਂ ਨੂੰ ਅੱਜ ਜਿਹੜਾ ਹੈਗਾ ਨੀ ਜਲਸਾ ਉੱਥੇ ਬਣਿਆ ਰੈਸਟੋਰੈਂਟ ਮਰਾਣੇ, ਉਹਦੇ ਸਾਹਮਣੇ ਸੜਕ ਦੇ ਉੱਤੇ ਬਾਬੇ ਗਾਂ ਝਾੜੀਆਂ ਜਿਹੀਆਂ ਚ ਲੰਮੇ ਪਿਆ ਮਿਲਿਆ, ਕਿਸੇ ਬੰਦੇ ਨੇ ਫੋਨ ਲਾਇਆ ਵੀ ਕਿਸੇ ਨੇ ਸਾਨੂੰ, ਉਹ ਵੀ ਤਾਂ ਉਹਦੀ ਨਜ਼ਰ ਚ ਪਿਆ ਕਿ ਉਹਦੇ ਉੱਥੇ ਪੱਠੇ ਆ, ਸੜਕ ਤੋਂ ਨਜ਼ਰ ਨੀ ਪੈਂਦਾ ਮਤਲਬ ਕਿ ਜਿੰਨਾ ਹਟਵਾਂ ਸੀ ਜਿੰਨਾ ਨੀਵਾਂ ਸੀਗਾ ਉਹਦੇ ਉਹ ਪੱਠੇ ਆ, ਤੇ ਉਹਨੇ ਵੇਖਿਆ ਤੇ ਏਦਾਂ ਮੈਨੂੰ ਫੋਨ ਲਾਇਆ ਕਿ ਏਦਾਂ ਵੀ ਕੋਈ ਦਿਮਾਗੀ ਹਾਲਤ ਜੀ ਸਹੀ ਨੀ ਬੰਦੇ ਦੀ ਕੋਈ ਲੱਗਦਾ, ਤੇ ਕੀ ਹਾਲ ਕੀ ਹਿਸਾਬ ਕਿਤਾਬ ਇਹਦਾ, ਹਿਸਾਬ ਕਿਤਾਬ ਕੀ ਆ, ਇਸ ਤਰ੍ਹਾਂ ਮੇਰੇ ਖਿਆਲ ਦੇਖਾ ਦੁਕਾ ਜ਼ਿਆਦਾ ਪੀ ਲੈਂਦਾ, ਨਾ ਨਾ ਉਹ ਕਾਈ ਨਾ ਭਾਉ ਮੇਰੀ ਨਗ ਗਾਲਾ ਨੀ ਹੱਬੇ ਭਾਈ ਆਪ ਤਾ, ਚੱਲ ਕੋਈ ਨੀ ਨਹੀਂ ਨਹੀਂ ਕੋਈ ਭਰਾ ਹੀ ਕੋਣੀ ਹੋਏਗਾ ਬਾਬਾ ਕਾਲਾ ਸੋਹ ਮੇਰੇ ਕੋ ਘੋੜੇ ਮੇਰੇ ਕੋ ਦੋ ਹੀ ਤੇ ਫੈਮਿਲੀ ਬਜ਼ੁਰਗੋ ਤੇ ਯਾਰੇ ਅੱਖਾਂ ਮਾਰ ਤੂੰ, ਓਏ ਲੜਨਾ ਲੜਨਾ ਨਹੀਂ ਆ ਲੜਨਾ ਨਹੀਂ ਆ, ਉਹਨੇ ਕੋਣੀ ਫੇਟੀ ਆ, ਤੇ ਇਹਨਾਂ ਦਾ ਪਰਿਵਾਰ ਇਹਨਾਂ ਦਾ ਉਹ ਦੋ ਤਿੰਨ ਵਾਰਾਂ ਅਸੀਂ ਲਿਆ ਕੇ ਦਿੱਤੀ ਆ, ਅੱਛਾ ਇਹਨੇ ਲਾ ਦਿੱਤੀ ਆ ਇਹ ਬੱਚੇ ਸਰਪੰਚ ਨੇ ਇਹ ਪਾਵਾ ਪਾ ਕੇ ਪਾ ਦੇ, ਬਾਬੇ ਕੋਈ ਗੱਲ ਨੀ ਉਹ ਤਾਂ ਚੱਲਦਾ ਨੀ ਆ, ਲੜਨਾ ਕਿਉਂ ਆਪਾਂ, ਉਹ ਕੋਈ ਨੀ ਹੱਦ ਹੋ ਗਈ ਭਰਾ ਤੇਰਾ ਯਾਰ, ਆਪਾਂ ਤੂੰ ਪਾਣੀ ਫੜੀ ਬਹਿ ਇੱਥੇ।
गुरुआ तेरा बाबा तेरी हूँ हाँ आ और क्यों लड़ी करना वा तेरी बात तेरी हूँ हाँ बाबे इन्हें मैं ले जाऊँ नाले ले जाऊँ मैं ठीक है तेरी हूँ मैं भी ले जाना चल बैग लीजिए तेरी हूँ ओ बाबे परा क्यों लड़ना यार तेरी बात हमें खराब हो गया था मैं चल अलग हाथ दोगे गाल नहीं करनी चल बैग बैग गड्डी गड्डी बैठा फोन के पाओ तू बैग ओए बैठा इन गड्डी जा बाग गड्डी जा ओ बाग गड्डी जा ओ पुत बाओ तू गड्डी जा फोन गड्डी बाप जा पानी में बाकी ना चुप 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 बैग गड्डी बैग गड्डी आंखें नहीं लग रहा मेरे मेरी आंखें नहीं लग रहा मेरा आप आपको जाने ओए आप आपको क्या करने हैं आप आप बैग गड्डी आप आप बंदे का ठीक कर दे गड्डी जो बैग आप आप कोई गाली है गाला या पाका आप आप छाने बने हैं क्या आप लड़ना थोड़ी है हाँ आज रात बताइए नहीं मैं ले जाना होट फिर पानी पे दे मेरा वीर है ना वीर बारी ना खोले पर पानी पे दे मेरा वीर ना ना लड़ना नहीं है होट बास अब पहन मैं ना इन्हें ले जाना वहाँ ओके ठीक है बारी ना खोले ब्लॉग लाइक पीछे ही ना तोड़े मैं अपना आश्रम मैं धक्के ना नहीं लेके जा रहा ताड़ी सहमति ना लेके जा रहा चल सरपंच पैसा दे रब ना करे फिर कल कोई गल बात हो गई तो मैं जिम्मेवार नहीं जे कल मैं आश्रम चू ले जाना वा कल मेरी आश्रम नहीं ना लेके दो कोई चक्कर नहीं है ना लेके दो मैं सरपंच दो ठीक है फिर मैं इतने छड़ दूंगा लड़ाई फिर कोना बना मैं अपनी बाबे आपकी सेफ्टी लिए बना रहा हूं क्योंकि कल तुम कह रहे हो लेके नहीं देना मैं मान लिया कल रब ना करे उसे कोई गल बात हुई तो तुम मेरे एक्शन नहीं ले सकते नहीं पाऊ लेंगे ठीक है माला पता पड़ के होगा सच्चा भी गला ठीक है जी तो इन्नू उत्ते इन्नू कोई गल बात हो जाए ਤੁਸੀਂ ਮੇਰੇ ਤੇ ਕੱਲ ਨੂੰ ਆਖੋਗੇ ਵੀਰ ਇਹਨੇ ਲੈ ਗਿਆ ਇਹਨੇ ਬਾਤ ਆਇਆ ਕਰਦਾ ਜੋਗਾ ਤਾਂ ਘਰ ਯਾਰ ਦੇਣਾ ਰੱਬ ਦੀ ਪਤਾ ਗੱਲ ਕੀ ਹੈ ਪਰ ਉਹ ਜਿਹੜੀ ਕਾਰਵਾਈ ਹੁੰਦੀ ਨਾ ਸਾਨੂੰ ਜ਼ਰੂਰੀ ਹੁੰਦੀ ਹੈ ਕੱਲ ਮੈਂ ਸਰਪੰਚ ਸਾਹਿਬ ਤੋਂ ਲਿਖਾ ਕੇ ਲੈ ਜਾਊਂਗਾ ਫੇਰ ਤਾਂ ਜੇ ਨਹੀਂ ਹੋ ਚਾਹ ਪਾਣੀ ਪੀ ਨਹੀਂ ਨਹੀਂ ਧੰਨਵਾਦ ਤੁਹਾਡਾ ਮੈਨੂੰ ਇਹ ਆ ਕਿ ਉਹਨੂੰ ਮੈਂ ਲੈ ਕੇ ਜਾਵਾਂ ਸੰਭਾਲਣਾ ਉਹਨੂੰ ਮੈਂ ਇਹ ਗਾਲ ਗਾਲ ਕਦੇ ਨਹੀਂ ਮਾਰੀ ਹੈ ਕੁੜੀ ਦੀ ਗਾਲ ਕੋਈ ਲਈਦਾ ਪਤਾ ਗਈ ਇੱਕ ਦਿਨ ਨੇ ਸ਼ਾਹ ਪੀਤੀ ਆ ਨਿਕਲ ਗਿਆ ਫੇਰ ਨਿਕਲ ਜਾ ਚਲ ਮੈਂ ਬਾਬੇ ਕਰਨਾ ਚਲ ਆ ਲਾ ਕਰੀ ਉਹਨੇ ਲਗਾਇਆ ਮੈਂ ਨਾ बाबे क्यों गाल कटी जाना धिया भैन सारे धिया भैन सारे मैं कर रहा करना चले गया वो चले गया करो बह यार बाबा बह मेरा मेरे हाथे ते लग जा चल बह चला माता अस अपने प्रूफ लिए बना रहे हैं कल सानू कोई गल बात ना करे साडी संस्था मराने की मैं भी छड़ा वा मैं छड़ा वा फिर आप गल करते हैं भराई आ मेरे नाल ही होंगे सेवा मैं सेवा कल परसों की माता का भोग पिया वा जो योगा सिंह पिंड मुंडा आश्रम चला आप
तेरे भरा ना गल बंदे कठे करके ना आप कर दे गल इथे अजर कि सरवन नहीं ना अज नहीं होने आना मिस्त्री आए आ बंद आया सारे बहुत सोना आज अंदर बहने अंदर हाँ बह जा इत इधर आ संगल कि तो मैं सारी संगत को बेनती करना चाहना वा एक जरा अपना आश्रम आ धन धन बाबा रतन देव अनाथ आश्रम पिंड मरहाना जिला तन धन आश्रम आ ते चलो संगत के सहयोग न मैं फर्श की बेनती की संगत ने सेवा की चढ़ती कला हो गई फर्श पै गई लैंटर पै गया चार शेरा बलिया गया वा ते पर हुण जिहड़ा मेन काम आ क्योंकि बाथरूम का भी और वेखो सामने पूरे लग गए ठीक है जी बाथरूम भी अज मिस्त्री आना वा चालू करा देने बाथरूम की भी साडी वाहिगुरु की मेरे सेवा लगभग पूरी हो गई है जी हूँ एक मिनट देवी जी जी सब सब तो ज्यादा लोड वा इतने साढ़े आश्रम लोक दूजे ग्रिलां लगन वालियां वा क्योंकि ठंड का मौसम आ गया इतने दरवाजे लगन वाले है ठंड का मौसम आ गया वा तो आ जड़ा आ वेड़ा वा इतने लॉक टैल लगन वाली है क्योंकि जो ये बेचारे सफाई अंदर की होंगी है जो ये चप्पला क्योंकि पाते घट वा चप्पला इन्होंने पाई दिया नहीं पाते नंगे पैर जो बाहरों अंदर जाते हैं तो वह बेचारे जिन्हें सफाई की होंगी सारी फिर मिट्टी घट्टा अंदर आ जाता वा नाले जो मीह पैंदा वा उदों चिक्कड़ वज जाता इतने फिर जिदा करके तुम पता बेचारे तो तुरै तो उदा नहीं जाता चंगी तरह जो चिक्कड़ वज जाता वा बेचारे डिगदे आ सट लगती है ठीक है जी एक दिन किसी वीर बेचारे सिर च सट लग गई सीधा ही डिगन के नाल सो इन के मैं बेनती करना चाहना वा कि जेकर इतने आश्रम के लॉक टैल लग जाए कोई आ बन के लवा दे नहीं कहना सू पैसा दो आ दो जो दो आ बन के लॉक टैल लवा दे ये बूहे लवा दे इन दो चीजा की सू ज्यादा लड़ वा तो बाकी बालन की भी बहुत सख्त लड़ वा जेकर किसी लागे बन्ने बालन हो बालन की भी सेवा कर सकता वा तो धन्यवाद सारे वीर का।